ਆਪਣਾ ਇੱਥੇ ਨਵਜੀਵਨ ਕੇਂਦਰ ਚੱਲਦਾ, ਜਿੱਥੇ ਵਿੱਚ ਆਪਾਂ ਪੇਸ਼ੈਂਟ ਜਿਹੜੇ ਹੁੰਦੇ ਆ ਨਸ਼ੇ ਵਾਲੇ, ਜਿਹੜੇ ਨਸ਼ਾ ਕਰਦੇ ਆ, ਉਹਨਾਂ ਨਸ਼ਾ ਛੁਡਾ ਕੇ ਉਹਨਾਂ ਨੂੰ ਦਾਖਲ ਕਰਦੇ ਆ। ਤੋ ਇਹ 64A ਦੇ ਵਿੱਚ ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਕਿ ਕੁਛ ਪੇਸ਼ੈਂਟ ਦਾਖਲ ਸੀਗੇ ਤੇ ਉਹ ਸਾਡੇ ਕੋਲ ਲਾਸਟ 21 ਡੇਜ਼ ਤੋਂ ਦਾਖਲ ਸੀ, ਹੁਣ ਉਹ ਠੀਕ ਹੋ ਗਏ ਤੇ ਬਿਲਕੁਲ ਉਹਨਾਂ ਨੇ ਨਸ਼ਾ ਛੱਡਤਾ, ਬਿਲਕੁਲ ਨੋਰਮਲ ਹੋ ਗਏ। ਤੇ ਉਹਨਾਂ ਦਾ ਮੈਡਮ ਉਹਨਾਂ ਬਾਰੇ ਜਾਣਕਾਰੀ ਲੈਣ, ਉਹਨਾਂ ਦੀ ਇੰਟਰਵਿਊ ਲੈਣ ਤੇ ਉਹਨਾਂ ਤੋਂ ਫੀਡਬੈਕ ਲੈਣ ਤੇ ਉਹਨਾਂ ਨੂੰ ਦੁਬਾਰਾ ਮਤਲਬ ਕਿ ਉਹ ਗਲਤ ਕੰਮ ਤੇ ਗਲਤ ਸੰਗਤ 'ਚ ਨਾ ਪੈਣ, ਉਸ ਲਈ ਉਹਨਾਂ ਦੀ ਰੀਇਨਫੋਰਸ ਕਰਨ ਲਈ ਮੈਡਮ ਅੱਜ ਸਪੈਸ਼ਲਾਈਜ਼ ਤੁਹਾਡੇ ਨਾਲ ਟੇਬਲ ਟਾਕ ਵੀ ਹੋਈ ਹੈ ਮੈਡਮ ਨੇ, ਕੁਝ ਦੱਸਿਆ? ਹਾਂ ਮੈਡਮ ਨੇ ਇਹੀ ਦੱਸਿਆ ਕਿ ਮਤਲਬ ਪੰਜਾਬ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ਼, ਜਿਹੜੀ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ, ਇਹ ਨਸ਼ਿਆਂ ਦੇ ਖਿਲਾਫ਼ ਮਤਲਬ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਮਾਣਯੋਗ ਹਾਈਕੋਰਟ ਤੋਂ ਵੀ ਡਾਇਰੈਕਸ਼ਨਸ ਮਿਲੀਆਂ, ਉਹਦੇ ਅਕੋਰਡਿੰਗਲੀ ਕੰਮ ਚੱਲ ਰਿਹਾ ਤੇ ਇਹ ਜਿਹੜੀ ਐਕਟੀਵਿਟੀ ਹੈ ਇਹ ਚੱਲਦੀ ਰਹੇਗੀ। ਲੋਕਾਂ ਨੂੰ ਨਸ਼ਾ ਛੁਡਾ ਕੇ ਆਪਾਂ ਜਿਹੜੀ ਆਪਣੇ ਦੇਸ਼ ਦੀ ਮੁੱਖ ਧਾਰਾ ਹੈ ਉਹਦੇ ਵਿੱਚ ਆਪਾਂ ਲਗਾਤਾਰ ਲਿਆਉਂਦੇ ਰਹਾਂਗੇ ਤੇ ਅੱਗੇ ਵੀ ਜਿਹੜੇ ਪੇਸ਼ੈਂਟ ਇਸ ਤਰ੍ਹਾਂ ਦੇ ਹੋਣਗੇ ਨਸ਼ੇ ਵਾਲੇ ਉਹਨਾਂ ਨੂੰ ਦਾਖਲ ਕਰਾਂਗੇ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਕੇ ਅਸੀਂ ਨਸ਼ਾ ਨੂੰ ਜੜੋਂ ਚੰਗਾ ਪੱਟਣ 'ਚ ਹੈਲਪ ਕਰਾਂਗੇ। ਸਮਰਾਲਾ ਦੇ ਨਵ ਜੀਵਨ ਕੇਂਦਰ ਵਿੱਚ ਹੁਣ ਤੱਕ ਕਿੰਨੇ ਨੇ ਜਿਹੜੇ ਪੇਸ਼ੈਂਟ ਨੇ ਇਲਾਜ ਕਰਾ ਰਹੇ ਨੇ? ਹਾਂਜੀ ਇਹ ਆਪਣੇ ਹੁਣ ਇਸ ਟਾਈਮ ਤੇ 5 ਪੇਸ਼ੈਂਟ ਹੈ ਤੇ ਜਿਹੜੇ ਕਿ ਹੁਣ ਬਿਲਕੁਲ ਠੀਕ ਹੋ ਗਿਆ, ਇਹਨਾਂ ਦੀ ਦਵਾਈ ਵੀ ਹੁਣ ਹੌਲੀ ਹੌਲੀ ਘਟਦੀ ਘਟਦੀ ਬਿਲਕੁਲ ਆਲਮੋਸਟ ਟੇਪਰ ਆਫ ਹੋ ਗਈ ਤੇ ਉਸਦੇ ਇਲਾਵਾ ਵੀ ਇਹ ਪੇਸ਼ੈਂਟ ਆਉਂਦੇ ਰਹਿੰਦੇ ਆ ਤੇ ਨਸ਼ਾ ਛੁਡਾਊ ਦੇ ਇਲਾਵਾ ਹੋਰ ਕਈ ਸਾਈਕੈਟ੍ਰਿਕ ਬਿਮਾਰੀਆਂ ਦੇ ਵੀ ਪੇਸ਼ੈਂਟ ਆਉਂਦੇ ਰਹਿੰਦੇ ਆ ਤੇ ਇਸ ਟਾਈਮ ਤੇ ਜਿਹੜੇ 5 ਪੇਸ਼ੈਂਟ ਉਹ ਬਿਲਕੁਲ ਠੀਕ। ਜੀ ਮੇਰਾ ਸਿਵਲ ਹਸਪਤਾਲ ਸਮਰਾਲਾ ਵਿਜ਼ਿਟ ਕਰਨ ਦਾ ਪਰਪਸ ਹੈਗਾ, ਜਿਹੜੇ ਇੱਥੇ NDPS ਦੇ ਜਿਹੜੇ ਅਸੀਂ 64A NDPS ਐਕਟ ਦੇ ਤਹਿਤ ਕੁਛ ਜਿਹੜੇ ਸੀਗੇ ਅਕਿਊਜ਼ ਉਹਨਾਂ ਦੀ ਵਿਲਿੰਗਨੈਸ ਲੈ ਕੇ ਉਹਨਾਂ ਨੂੰ 3 ਵੀਕਸ ਦਾ ਜਿਹੜਾ ਡੀ ਐਡਿਕਸ਼ਨ ਦਾ ਕੋਰਸ ਹੁੰਦਾ ਉਹਦੇ ਲਈ ਇੱਥੇ ਸਮਰਾਲਾ 'ਚ ਜਿਹੜਾ ਇਹਨਾਂ ਦਾ ਕੀ ਨਾਮ ਹੈ ਡਾਕਟਰ ਨਵਜੀਵਨ ਕੇਂਦਰ ਉੱਥੇ ਐਡਮਿਟ ਕੀਤੇ ਹੋਏ ਹੈਗੇ। ਸੋ ਜਸਟ ਐਜ਼ ਅ ਰੂਟੀਨ ਚੈੱਕ ਮੈਂ ਉੱਥੇ ਵਿਜ਼ਿਟ ਕਰਨ ਆਈ ਸੀ ਕਿ ਇੱਥੇ ਸਿਸਟਮ ਹੈਗਾ ਔਰ ਉਹਨਾਂ ਨਾਲ ਜਿਹੜੇ ਉੱਥੇ ਇਨਮੇਟਸ ਹੈਗੇ ਉਹਨਾਂ ਨਾਲ ਜਿਹੜੇ ਪੇਸ਼ੈਂਟਸ ਹੈ ਉਹਨਾਂ ਨਾਲ ਗੱਲਬਾਤ ਵੀ ਕਰਨ ਆਈ ਸੀ ਕਿ ਤੁਹਾਨੂੰ ਇਹ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਨੇ ਵੀ ਪ੍ਰੋਵਾਈਡ ਕੀਤੀ ਹੋਈ ਹੈ ਕਿ ਜਿਹੜੇ ਵਿਲਿੰਗ ਹੈ ਡਰੱਗਸ ਨੂੰ ਕੰਜ਼ਿਊਮ ਕਰਦੇ ਉਹ ਐਕਸੈਪਟ ਕਰਦੇ ਕਿ ਅਸੀਂ ਵਿਲਿੰਗ ਹੈਗੇ ਵਾਲਾ ਡੀ ਐਡਿਕਸ਼ਨ ਦਾ ਕੋਰਸ ਅਵੇਲ ਕਰਨ ਲਈ। ਉਹਨਾਂ ਨੇ ਜਿਹੜੇ ਵੀ ਇੱਥੇ ਹੈਗੇ 5 ਲੜਕੇ ਸੀਗੇ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਹੈ ਕਿ ਇਹ ਬੜੀ ਵਧੀਆ ਫੈਸਿਲਿਟੀ ਹੈ ਉਹ ਜਿਹੜੇ ਇੱਥੇ ਡਾਕਟਰ ਨਵਨੀਤ ਹੈਗੇ ਦੇਖਦੇ ਔਰ SMO ਸਾਹਿਬ ਇਹ ਦੋਨੋਂ ਮੈਨੂੰ ਇੱਥੇ ਮਿਲੇ ਅਤੇ ਉਹ ਬੜਾ ਐਪਰੀਸ਼ੀਏਟ ਕਰੇ ਸੀ ਕਿ ਸਾਨੂੰ ਵੀ ਇੱਦਾਂ ਦੀ ਕਿਸੇ ਚੀਜ਼ ਦਾ ਪਤਾ ਨਹੀਂ ਸੀਗਾ। ਇਹਨੂੰ ਲੜਕੇ ਰਿਮੋਰਸਫੁਲ ਵੀ ਸੀਗੇ ਵੀ ਅਸੀਂ ਨਸ਼ਾ ਨੂੰ ਛੱਡਾਂਗੇ, ਕਾਫੀ ਰਿਜ਼ੋਲਵ ਦੱਸਦਾ ਰਹੇ ਹੈ ਅਤੇ ਅਸੀਂ ਵੀ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਬਾਹਰ ਜਾ ਕੇ ਵੀ ਇਹ ਜਿਹੜੀ ਫੈਸਿਲਿਟੀ ਹੁੰਦੀ ਹੈ ਫ੍ਰੀ ਦੀ ਮੈਡੀਕਲ ਫੈਸਿਲਿਟੀ ਹੈ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ ਉਹਦੇ ਬਾਰੇ ਗੱਲਬਾਤ ਕੀਤੀ। ਆਈ ਐਮ ਵੈਰੀ ਹੈਪੀ ਟੂ ਸੀ ਕਿ ਜਿਹੜਾ ਸਿਵਲ ਹਸਪਤਾਲ ਸਮਰਾਲਾ ਹੈ ਬਹੁਤ ਹੀ ਸਾਫ਼ ਸੁਥਰਾ ਵੈਰੀ ਹਾਈਜੀਨਿਕ। ਆਈ ਕੰਗ੍ਰੈਚੁਲੇਟਡ ਡਾਕਟਰ ਸਾਹਿਬ ਆਲਸੋ ਕਿ ਤੁਸੀਂ ਬਹੁਤ ਨਹੀਂ ਤਾਂ ਇੱਕ ਵਾਰੀ ਇਨੀਸ਼ੀਅਲੀ ਦੇਖ ਕੇ ਆਈ ਵਾਜ਼ ਆਲਸੋ ਪਲੈਜ਼ੈਂਟਲੀ ਸਰਪ੍ਰਾਈਜ਼ ਕਿ ਇੰਨਾ ਵਧੀਆ ਮਾਹੌਲ ਰੱਖੋਗੇ ਤਾਂ ਜਿਹੜੇ ਪੇਸ਼ੈਂਟਸ ਹੁੰਦੇ ਜਲਦੀ ਉਹ ਠੀਕ ਹੋਣ ਲਈ ਵੀ ਮੋਟੀਵੇਟ ਹੁੰਦੇ। ਸੋ ਬੇਸਿਕ ਪਰਪਸ ਮੇਰਾ ਸੀਗਾ ਕਿ ਜਿਹੜੇ ਸਾਡੇ 64A 'ਚ ਇਨਮੇਟ 64A ਦੀ ਕਾਰਵਾਈ 'ਚ ਅਸੀਂ ਇੱਥੇ ਡੀ ਐਡਿਕਸ਼ਨ ਲਈ ਰੱਖੇ ਸੀਗੇ ਉਹ ਉਹਨਾਂ ਦਾ ਸਕਸੈਸਫੁਲੀ ਕੋਰਸ ਹੋ ਗਿਆ। ਡਾਕਟਰ ਸਾਹਿਬ ਨੇ ਵੀ ਡਾਕਟਰ ਨਵਨੀਤ ਹੈ ਜਿਹੜਾ ਕਿ ਐਡ ਕਰਦੇ ਇਹਨਾਂ ਦਾ ਉਹਨਾਂ ਨੇ ਵੀ ਦੱਸਿਆ ਕਿ ਸਾਰਿਆਂ ਨੇ ਪੋਜ਼ਿਟਿਵਲੀ ਕੋਆਪਰੇਟ ਕੀਤਾ ਐਂਡ ਸਾਨੂੰ ਉਮੀਦ ਹੈ ਕਿ ਉਹ ਨਸ਼ਾ ਛੱਡਣਗੇ ਜ਼ਰੂਰ।